ਸਰਕਾਰਾਂ ਕਹਿ ਰਹੀਆਂ ਸੀ ਕਿ ਜਿਹੜੇ ਬਾਹਰੋਂ ਸਾਨੂੰ ਸਹਾਇਤਾ ਦੀ ਲੋੜ ਨਹੀਂ ਹੈ, ਪਰ ਹੁਣ ਪਿਛਲੇ ਦਿਨੀ ਜਿਹੜੇ ਸਾਊਥ ਅਫਰੀਕਾ ਤੋਂ ਫਾਇਰ ਫਾਈਟਰਸ ਇੱਥੇ ਪਹੁੰਚੇ ਨੇ, ਉਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਪਿਛਲੇ ਹਫ਼ਤੇ ਜਦੋਂ 300 ਦੇ ਕਰੀਬ ਸਾਊਥ ਅਫਰੀਕਾ ਤੋਂ ਫਾਇਰ ਫਾਈਟਰ ਆਏ ਆ ਐਡਮਿੰਟਨ ਏਅਰਪੋਰਟ ਦੇ ਉੱਤੇ, ਤੇ ਬੜਾ ਹੀ ਵਧੀਆ ਨਜ਼ਾਰਾ ਦੇਖਣ ਨੂੰ ਮਿਲਿਆ ਕਿ ਉਹਨਾਂ ਨੇ ਰਾਤ ਏਅਰਪੋਰਟ ਦੇ ਉਤਰਦਿਆਂ ਹੀ ਸਾਰਿਆਂ ਨੇ ਇੱਕ ਵਧੀਆ ਇੱਕ ਡਾਂਸ ਕਰਕੇ ਆਪਣਾ ਉੱਥੋਂ ਦਾ ਆਪਣਾ ਜਿਹੜਾ ਸੱਭਿਆਚਾਰ ਆ ਕਲਚਰ ਆ ਉਹਨਾਂ ਦਾ ਸਾਊਥ ਅਫਰੀਕਾ ਦਾ ਉਹ ਦਿਖਾਇਆ। ਇਹ ਮੇਰਾ ਖਿਆਲ ਹੈ ਕਿ ਇਹ ਇੰਟਰਨੈਸ਼ਨਲ ਜਿਹੜਾ ਹੈਗਾ ਆ ਐਕਸਚੇਂਜ ਪ੍ਰੋਗਰਾਮ ਉਹਦੇ ਥੱਲੇ ਆਏ ਆ, ਕਿਉਂਕਿ ਇੱਥੇ ਜਦੋਂ ਆਉਂਦੇ ਆ ਇਹ ਤਾਂ ਨਹੀਂ ਵੀ ਇੱਥੇ ਕੋਈ ਕਾਬਲ ਫਾਇਰ ਫਾਈਟਰ ਹੀ ਨਹੀਂ ਹੈ, ਲੇਕਿਨ ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹ ਬਹੁਤ ਵਧੀਆ ਇੱਕ ਜਿਹੜਾ ਦੇਖਣ ਨੂੰ ਨਜ਼ਾਰਾ ਮਿਲਿਆ। ਅਤੇ ਇਸ ਵੇਲੇ ਉਹ ਵੀ ਉੱਥੇ ਪਾਰਟੀਸਪੇਟ ਕਰ ਰਹੇ ਆ ਫੋਰਟ ਮਕਮਰੀ ਦੀ ਅੱਗ ਬੁਝਾਉਣ ਦੇ ਵਿੱਚ, ਅਤੇ ਅੱਗ ਜਿਹੜੀ ਆ ਇਹ ਇਕੱਲੇ ਫੋਰਟ ਮਕਮਰੀ ਦੇ ਵਿੱਚ ਹੀ ਨਹੀਂ ਆਲੇ ਦੁਆਲੇ ਇੰਨੀ ਦੂਰ ਤੱਕ ਫੈਲ ਚੁੱਕੀ ਆ, ਉੱਥੇ ਮੀਂਹ ਨਾ ਪੈਣ ਕਰਕੇ ਅੱਗ ਜਿਹੜੀ ਆ ਅਜੇ ਵੀ ਜੰਗਲਾਂ ਦੇ ਵਿੱਚ ਜਿਹੜੀ ਆ ਉਹ ਜਾ ਰਹੀ ਆ। ਪਰ ਜਿਹੜੇ ਫਾਇਰ ਫਾਈਟਰ ਆ ਕੋਸ਼ਿਸ਼ ਕਰ ਰਹੇ ਜਿੱਥੇ ਕਿਤੇ ਰਿਹਾਇਸ਼ੀ ਲੋਕ ਰਹਿੰਦੇ ਆ ਜਿੱਥੇ ਉਹਨੂੰ ਬਚਾਇਆ ਜਾ ਸਕੇ, ਬਾਕੀ ਜਿਹੜੀ ਜੰਗਲ ਦੀ ਅੱਗ ਆ ਉਹ ਤਾਂ ਮੀਂਹ ਦੇ ਨਾਲ ਹੀ ਮੇਰੇ ਖਿਆਲ ਬਚਾਈ ਜਾ ਸਕਦੀ ਆ। ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780-233-3100 ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ, ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ ਕੇਪੀ ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। ਆਰ ਯੂ ਸੈਟੀਸਫਾਈਡ ਨਾਓ? ਇਟਸ ਮੋਰ ਦੈਨ ਇਨਫ ਕਪਿਲ ਜੀ, ਯੂ ਆਰ ਦ ਬੈਸਟ। ਥੈਂਕ ਯੂ ਕਪਿਲ ਸਾਹਿਬ, ਤੁਸੀਂ ਤੇ ਕਮਾਲ ਕਰਦੇ ਹੋ। ਥੈਂਕ ਯੂ, ਥੈਂਕ ਯੂ ਵੈਰੀ ਮਚ, ਯੂ ਆਰ ਵਨ ਆਫ ਦ ਬੈਸਟ ਅਕਾਊਂਟੈਂਟਸ ਆਈ ਹੈਵ ਫਾਊਂਡ। ਕੇਪੀ ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਦਾ ਨਵਾਂ ਪਤਾ ਹੈ 9218 34th ਐਵੇਨਿਊ ਤੇ ਫੋਨ ਨੰਬਰ 780-469-2677। Looking for high-quality, fully customizable windows and doors for your next project? Come visit Durabilt Windows and Doors, where it's all about you. We value service, style, and innovation, and we'll work closely with you to help your vision come to life. With two convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabiltwindows.com. ਐਡਮਿੰਟਨ ਸ਼ਹਿਰ ਵਿੱਚ ਵਿਆਹ ਸ਼ਾਦੀ ਬਰਥਡੇ ਪਾਰਟੀ ਜਾਂ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਲਈ ਮਹਾਰਾਜਾ ਬੈਂਕਟ ਹਾਲ ਦਾ ਨਾਂ ਚੇਤੇ ਰੱਖੋ, ਜਿੱਥੇ 100 ਤੋਂ ਲੈ ਕੇ 1000 ਬੰਦਿਆਂ ਤੱਕ ਦੀ ਪਾਰਟੀ ਦਾ ਸ਼ਾਨਦਾਰ ਪ੍ਰਬੰਧ ਹੈ। ਫਰੈਂਡਲੀ ਸਰਵਿਸਿਜ਼ ਲਈ ਫੋਨ ਕਰੋ ਤਾਰਕ ਚੌਧਰੀ ਹੁਣਾਂ ਨੂੰ 780-695-7200 ਜਾਂ ਫੋਨ ਕਰੋ 780-496-9696। ਮਹਾਰਾਜਾ ਬੈਂਕਟ ਹਾਲ। ਚਿਹਰੇ ਉੱਤੇ ਕਿਸੇ ਵੀ ਤਰ੍ਹਾਂ ਦੇ ਦਾਗ ਜਾਂ ਛਾਈਆਂ ਨਾਲ ਪਰੇਸ਼ਾਨ ਹੋ ਤਾਂ ਡਾਕਟਰ ਨਰਪਿੰਦਰ ਹੰਸ ਨੂੰ ਮਿਲੋ। ਡਾਕਟਰ ਹੰਸ ਜੋ ਕਿ ਸਕਿਨ ਕੇਅਰ ਲਈ ਕਈ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਵੇਂ ਕਿ ਬੋਟੌਕਸ, ਐਕਨੀ ਥੈਰੇਪੀ, ਬਲੂ ਯੂ, ਵੈਸਕੁਲਰ ਐਂਡ ਪਿਗਮੈਂਟਡ ਲੇਸ਼ਨਸ, ਲੇਜ਼ਰ ਹੇਅਰ ਰਿਮੂਵਲ, ਥਰਮਾਸ਼, ਮਾਈਕਰੋ ਲੇਜ਼ਰ ਪੀਲਸ, ਮੈਸੋਥੈਰੇਪੀ। ਮੈਡਰਬ੍ਰੁਕ ਲੇਜ਼ਰ ਸਕਿਨ ਕੇਅਰ ਕਲੀਨਿਕ, 3907 34th ਸਟ੍ਰੀਟ, ਫੋਨ ਨੰਬਰ 440-0556। ਸੋ ਦੋਸਤੋ, ਇਹ ਸੀ ਅਪਡੇਟ ਫੋਰਟ ਮਹਿਕਮੇ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ। ਅਤੇ ਹੁਣ ਗੱਲਬਾਤ ਕਰਦੇ ਹਾਂ ਇੱਕ ਹੋਰ ਬੜਾ ਗੰਭੀਰ ਮਸਲਾ ਹੈ ਅਸਿਸਟਡ ਡਾਇੰਗ ਦਾ, ਉਹਦੇ ਬਾਰੇ ਪਿੰਡ ਸਾਹਿਬ ਥੋੜ੍ਹਾ ਜਿਹਾ ਚਾਨਣਾ ਪਾਓ ਜੀ। ਦੇਖੋ ਜੀ, ਇਹ ਬਿੱਲ C-14 ਜਿਹੜਾ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਗਿਆ ਸੀ, ਜਦੋਂ ਇਹ ਇਕੱਲੇ
एडमिंटन जां कैनेडा दा मसला नहीं, ये सारी दुनिया दा मसला आ। जदों भी किसी की आखिरी समा आउंदा आ ते उहदे विच जदों देखदे आ असीं कि वह किहो जी मरीज जिहड़ा आ, किहो जी हालत विच आ, उहदे विच जिहड़े डॉक्टर ने उहदी मदद कर सकदे आ कि वह शांति दे नाल आसानी दे नाल अपनी जिंदगी पूरी करके जावे। जिक्र है I really need to go, Sophia. Do we need to go through this? Yes, we need to go through this because I'm bloody going through this. Okay, science has made progress for a guy in my lifetime. For me to walk again. Yes or no, Doc? No. Euthanasia. Oh, what a tragedy, Sophia. I feel his suffering. A lot. सुप्रीम कोर्ट ने 6 जून तक का टाइम दिता सी पार्लीमेंट नूं कि जे तुसी कुछ कर सकते हो इहदे बारे ठीक आ, जे नहीं तो फिर सुप्रीम कोर्ट फैसला लैगी। सो इस वेले जिहड़ा आ हुण कल नूं आखिरी डेडलाइन आ, तो उहदे तो पहला पहला जे फैसला हो जाता तो फिर ठीक आ, क्योंकि जिहड़ी पार्लीमेंट आ उहदे विच 3 रीडिंग होनियां जरूरी आ, 3 रीडिंग हो के ते सैनेट कोले जा चुकियां ने, उन्होंने कुछ ना कुछ उहदे विच तब्दीली अमेंडमेंट जरूर करनी आ, ते जे वह अमेंडमेंट करदे आ वह वापस फिर हाउस ऑफ कॉमन दे विच इन्हां दे कोले आ जाणा। इन्हां कोले इन्ना समा नहीं है कि वह 6 जून तक इस बिल नूं पास कर सकण। ये बड़ी दुचित्ती वाली स्थिति बनी है इस वेले इस बिल नूं, क्योंकि ये जड़ा है ना ये विच बहुत सारिया चीज़ा ने। एक तो संविधानक तौर पर भी ये आ कि साडा राइट आ, कॉन्स्टिट्यूशनल राइट आ साडा, कैनेडियन चार्टर ऑफ राइट्स एंड फ्रीडम दे विच भी ये आउंदा आ। ऑनरेबल मेंबर्स, माय नेम इज आंद्रे शूटन, आई एम अ लॉयर विद आरपा कैनेडा, वी वर इंटरवीनर्स इन द कार्टर केस एंड वी हैव एनालाइज्ड द वेरियस लेजिस्लेटिव एंड पॉलिसी प्रपोजल्स दैट हैव बीन पब्लिश्ड सिंस दैट डिसीजन वाज रिलीज्ड इन फेब्रुअरी बाय द सुप्रीम कोर्ट। I want to emphasize at the beginning that Parliament is not forced to pass a law legalizing euthanasia or assisted suicide. I don't feel sorry for myself. But you need to know that these professionals and family members need to care about my life and whether I live or die. As I do have concerns with Bill C-14, including its lack of precision in language. Sadly, I feel that the bill is dangerously dependent on euphemisms. Throughout, medically assisted dying is used to describe what is in reality physician-assisted suicide. Thank you very much, and Mr. Shuden and Mr. Harsworth, I just want to tell you how much we all appreciate you making the effort to come here today. Your testimony was very, very touching and meaningful, and we will all take it under advisement. Very much appreciated. ਕੋਈ ਬੰਦਾ ਆਪਣੀ ਮਰਜ਼ੀ ਨਾਲ ਮਰ ਸਕਦਾ ਜਾਂ ਨਹੀਂ, ਡਾਕਟਰ ਕਿਸੇ ਨੂੰ ਮਾਰ ਸਕਦਾ ਕਿ ਨਹੀਂ, ਇਹ ਬੜਾ ਗੰਭੀਰ ਮਸਲਾ ਆ। ਇਹ ਆਉਂਦੇ ਦਿਨਾਂ ਦੇ ਵਿੱਚ ਇਹਦੇ ਬਾਰੇ ਵਿਚਾਰ ਕਰਾਂਗੇ, ਅਤੇ ਮੇਰਾ ਖਿਆਲ ਆ ਆਹ ਜਿਹੜਾ ਅਗਲਾ ਆਉਂਦਾ ਹਫ਼ਤਾ ਆ ਨਾ, ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਉਣਗੀਆਂ। ਲੇਕਿਨ ਮੈਨੂੰ ਲੱਗਦਾ ਕਿ ਇਹ ਬਿੱਲ ਜਿਹੜਾ ਇਹਨਾਂ ਨੇ ਕਾਹਲੀ ਦੇ ਨਾਲ ਪਾਸ ਕਰਕੇ ਹਾਊਸ ਆਫ ਕਾਮਨ ਦੇ ਵਿੱਚੋਂ ਸੈਨੇਟ ਵਿੱਚ ਭੇਜਤਾ, ਸੈਨੇਟ ਕੋਲ ਇਹ ਪਾਸ ਨਹੀਂ ਹੋਣ ਲੱਗਾ। ਆਉਂਦੇ ਦਿਨਾਂ ਵਿੱਚ ਸਾਰੇ ਆਪਾਂ ਜਿਹੜੇ ਆਪਣੇ ਦਰਸ਼ਕ ਆ ਉਹਨਾਂ ਨਾਲ ਵਿਚਾਰ ਸਾਂਝੇ ਕਰਾਂਗੇ। ਸੋ ਦੋਸਤੋ, ਅਸਿਸਟੈਂਟ ਡਾਇੰਗ ਦੀ ਜਿਹੜੀ ਗੱਲਬਾਤ ਹੈ, ਆਪਣੇ ਆਪ ਮਰਨ ਦੀ ਇੱਛਾ ਦਾ ਬਿੱਲ ਜਿਹੜਾ ਪੇਸ਼ ਹੋਇਆ ਹੈ, ਉਹਦੇ ਬਾਰੇ ਬੜੇ ਵਧੀਆ ਤਰੀਕੇ ਦੇ ਨਾਲ ਭਿੰਡਰ ਸਾਹਿਬ ਨੇ ਗੱਲਬਾਤ ਕੀਤੀ ਹੈ। ਅਕਸਰ ਆਪਾਂ ਫਿਲਮਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਜਿਹੜੀਆਂ ਖਾਸ ਕਰ ਆਰਮੀ ਦੀਆਂ ਫਿਲਮਾਂ ਨੇ, ਜੇ ਕੋਈ ਇੱਕ ਫੌਜੀ ਵਿਚਾਰਾ ਮਰ ਰਿਹਾ ਹੁੰਦਾ ਤੜਪ ਤੜਪ ਕੇ, ਪਰ ਉਹ ਮਰ ਨਹੀਂ ਸਕਦਾ, ਅਤੇ ਇੱਕ ਕਮਾਂਡੈਂਟ ਉਹਨੂੰ ਆਪ ਗੋਲੀ ਮਾਰ ਦਿੰਦਾ ਹੈ, ਅਤੇ ਇਸੇ ਤਰੀਕੇ ਦੇ ਨਾਲ ਹੀ ਜੇ ਇੱਕ ਕਮਾਂਡੈਂਟ ਇੱਕ ਫੌਜੀ ਨੂੰ ਗੋਲੀ ਮਾਰ ਸਕਦਾ ਹੈ, ਅਤੇ ਇੱਕ ਡਾਕਟਰ ਜਿਹੜਾ ਉਹ ਇੱਕ ਤੜਪ ਤੜਪ ਕੇ ਮਾਰ ਰਿਹਾ ਮਰੀਜ਼ ਨੂੰ ਕਿਉਂ ਨਹੀਂ ਮਾਰ ਸਕਦਾ, ਉਹਦੇ ਬਾਰੇ ਅਗਲੇ ਹਫ਼ਤੇ ਫਿਰ ਗੱਲਬਾਤ ਕਰਾਂਗੇ।
ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780-233-3100 ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਤ੍ਰਿਹਨ ਐਂਡ ਕੰਪਨੀ, ਜਿਨ੍ਹਾਂ ਕੋਲ 23 ਸਾਲ ਦਾ ਐਕਸਪੀਰੀਅੰਸ ਹੈ, ਐਡਮਿੰਟਨ ਵਿੱਚ 2 ਲੋਕੇਸ਼ਨਸ ਵਾਈਟ ਐਵਨਿਊ ਅਤੇ ਮਿਲਵੁੱਡ ਤੋਂ ਅਕਾਊਂਟਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਵੀ ਵੈਲਕਮ ਯੂ ਟੂ ਤ੍ਰਿਹਨ ਐਂਡ ਕੰਪਨੀ। ਬੁੱਕ ਕੀਪਿੰਗ ਕਰਨ ਲਈ ਕੁਇਕ ਬੁੱਕ ਅਕਾਊਂਟਿੰਗ ਸੌਫਟਵੇਅਰ ਯੂਜ਼ ਕਰਦੇ ਨੇ, ਜਿਨ੍ਹਾਂ 'ਚ ਡਬਲ ਐਂਟਰੀ ਸਿਸਟਮ ਨਾਲ ਬੁੱਕ ਕੀਪਿੰਗ ਕੀਤੀ ਜਾਂਦੀ ਹੈ। ਬਿਜ਼ਨਸ ਕਰ ਰਹੇ ਹੋ ਜਾਂ ਨਵੇਂ ਬਿਜ਼ਨਸ ਦੀ ਅਕਾਊਂਟਿੰਗ ਲਈ ਕੰਸਲਟੇਸ਼ਨ ਚਾਹੀਦੀ ਹੈ ਤਾਂ ਤ੍ਰਿਹਨ ਐਂਡ ਕੰਪਨੀ ਨੂੰ ਦਿੱਤੇ ਨੰਬਰਾਂ 'ਤੇ ਸੰਪਰਕ ਕਰੋ। Looking for high-quality, fully customizable windows and doors for your next project? Come visit Durabilt Windows and Doors, where it's all about you. We value service, style, and innovation, and we'll work closely with you to help your vision come to life. With 2 convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabiltwindows.com. G Driving School ਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੋਰਸ ਕਰਵਾਏ ਜਾਂਦੇ ਨੇ। ਹਰ ਤਰ੍ਹਾਂ ਦੇ ਡਰਾਈਵਿੰਗ ਲਾਇਸੈਂਸ ਦੀ ਤਸੱਲੀ ਬਖਸ਼ ਤਿਆਰੀ ਕਰਵਾਈ ਜਾਂਦੀ ਹੈ। ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਉਰਦੂ ਬੋਲਣ ਲਈ ਸਰਟੀਫਾਈਡ ਮੇਲ ਅਤੇ ਫੀਮੇਲ ਇੰਸਟ੍ਰਕਟਰ ਨੇ। ਇੰਸ਼ੋਰੈਂਸ ਰੇਟ ਕੱਟ ਕਰਾਉਣ ਲਈ ਡਿਫੈਂਸਿਵ ਡਰਾਈਵਿੰਗ ਦੇ ਕੋਰਸ ਵੀ ਕਰਵਾਏ ਜਾਂਦੇ ਨੇ। ਗੋ ਸਾਊਥ ਔਰ ਨੌਰਥ, ਈਸਟ ਔਰ ਵੈਸਟ, ਜੀ ਡਰਾਈਵਿੰਗ ਸਕੂਲ ਐਂਡ ਕੁਰਚਾਨ ਕਰਚਾ ਆਰ ਦਾ ਬੈਸਟ। ਯੂ ਆਰ ਆਲਵੇਜ਼ ਵੈਲਕਮ ਟੂ ਜੀ ਡਰਾਈਵਿੰਗ ਸਕੂਲ। ਜੀ ਡਰਾਈਵਿੰਗ ਸਕੂਲ। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਅਤੇ ਸਿਆਣੇ ਬਰਿਸਟਰ ਅਤੇ ਸੋਲਿਸਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤਾਂ ਵੀ ਆਰ ਆਲਵੇਜ਼ ਐਟ ਯੂਅਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 7804664660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟਿਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾ ਆਫਿਸ। ਪੰਜਾਬ ਮਨੀ ਐਕਸਚੇਂਜ। ਇੰਡੀਆ ਕਿਸੇ ਵੀ ਜਗ੍ਹਾ ਪੈਸੇ ਭੇਜਣੇ ਹੋਣ 24 ਘੰਟੇ ਵਿੱਚ ਪਹੁੰਚ ਜਾਣਗੇ। ਇੰਡੀਆ ਤੋਂ ਜਲਦੀ ਪੈਸੇ ਮੰਗਵਾਉਣੇ ਹੋਣ ਜਾਂ ਭੇਜਣੇ ਹੋਣ ਤਾਂ ਪੰਜਾਬ ਮਨੀ ਐਕਸਚੇਂਜ ਦੇ ਬਿਕਰ ਗਿੱਲ ਹੁਣ ਦਾ ਨਾਂ ਚੇਤੇ ਰੱਖੋ। ਫੋਨ ਨੰਬਰ 7809931463। ਮੈਂ ਹਾਂ ਨਾ ਪੰਜਾਬ ਮਨੀ ਐਕਸਚੇਂਜ। ਤੇ ਦੋਸਤੋ, ਇਹ ਸੀ ਸਾਡਾ ਅੱਜ ਦਾ ਵਤਨ ਟੀਵੀ ਪ੍ਰੋਗਰਾਮ। ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਾ ਜ਼ਰੂਰ ਦੱਸਣਾ। ਆਪਣੇ ਕੀਮਤੀ ਸੁਝਾਅ ਸਾਡੇ ਤੱਕ ਪਹੁੰਚਦੇ ਜ਼ਰੂਰ ਕਰਿਆ ਕਰੋ ਤਾਂ ਜੋ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾ ਸਕੀਏ। ਅੱਜ ਦੇ ਲਈ ਇੰਨਾ ਹੀ ਕਾਫੀ। ਅਗਲੇ ਹਫ਼ਤੇ ਫਿਰ ਮਿਲਦੇ ਹਾਂ। ਉਦੋਂ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਹੀ ਰੱਬ ਰੱਖ।